ਅੰਮ੍ਰਿਤਸਰ ਦੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੋ ਗਿਆ ਹੈ ਅਤੇ ਪੁਲਿਸ ਜਿਹੜੀ ਹੈ ਉਹ ਸ਼ਰਮਸ਼ਾਰ ਹੋ ਰਹੀ ਹੈ। ਇਕੱਲੀ ਪੁਲਿਸ ਹੀ ਕਿਉਂ ਕਹੀਏ, ਇੱਥੋਂ ਦੇ ਮੰਤਰੀ ਵੀ ਖੁਦ ਆਪਣੇ ਆਪ ਨੂੰ ਸ਼ਰਮਸ਼ਾਰ ਮੰਨ ਰਹੇ ਨੇ। ਜਿੱਥੇ ਬੰਦੇ ਦੀ ਜ਼ਿੰਦਗੀ ਮਹਿਫੂਜ਼ ਨਾ ਹੋਵੇ ਔਰ ਸੁਰੱਖਿਅਤ ਨਾ ਹੋਵੇ ਔਰ ਜਿਸ ਤਰ੍ਹਾਂ ਸੋਨੀ ਸਾਹਿਬ ਨੇ ਕਿਹਾ ਭੈ ਦਾ ਮਾਹੌਲ ਹੋਵੇ, ਤੇ ਫਿਰ ਸਰਕਾਰ ਦੇ ਉੱਤੇ ਬੜੇ ਵੱਡੇ ਪ੍ਰਸ਼ਨ ਚਿੰਨ੍ਹ। ਪੁਲਿਸ ਨੂੰ ਚੈਲੰਜ ਹੈ ਕਿ ਦਿਨ ਦਿਹਾੜੇ ਇੱਕ ਕੌਂਸਲ ਨੂੰ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰਨਾ, ਮੈਂ ਸਮਝਣਾ ਕਿ ਚੈਲੰਜ ਵਾਲੀ ਗੱਲ ਆ। ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਜੀ। ਸੋ ਸਾਡੇ ਸ਼ਹਿਰ ਦਾ ਜਿਹੜਾ ਮਾਹੌਲ ਹੈ ਉਹ ਕੁਝ ਠੀਕ ਨਹੀਂ ਹੈ, ਬਹੁਤ ਹੀ ਮਾੜਾ ਹਾਲ ਹੈ। ਪੁਲਿਸ ਜਿਹੜੀ ਕਿ ਟੋਟਲ ਲਾਅ ਐਂਡ ਆਰਡਰ ਸਿਚੁਏਸ਼ਨ 'ਤੇ ਅੰਮ੍ਰਿਤਸਰ ਦੀ ਪੁਲਿਸ ਫੇਲੀ ਹੈ। ਦਰਅਸਲ ਪਿਛਲੇ ਦਿਨੀ ਕਾਂਗਰਸੀ ਕੌਂਸਲਰ ਨੂੰ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਉਸ ਤੋਂ ਬਾਅਦ ਹੀ ਇਹ ਸਾਰਾ ਮਸਲਾ ਸ਼ੁਰੂ ਹੋਇਆ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਆਖਿਰ ਅੰਮ੍ਰਿਤਸਰ ਪੁਲਿਸ ਦੇ ਉੱਤੇ ਵੱਡੇ ਸਵਾਲਾਂ ਤੋਂ ਬਾਅਦ ਅੰਮ੍ਰਿਤਸਰ ਦੀ ਜਨਤਾ ਕਿਸੇ ਸਿੰਗਮ ਆਫੀਸਰ ਦੀ ਜ਼ਰੂਰਤ ਕਿਉਂ ਮਹਿਸੂਸ ਕਰ ਰਹੀ ਹੈ। ਦੇਖੋ ਜੀ, ਮੈਂ ਤੁਹਾਡੇ ਇਸ ਮੀਡੀਆ ਦੇ ਮਾਧਿਅਮ ਦੇ ਥਰੂ ਅੰਮ੍ਰਿਤਸਰ ਦੇ ਲੋਕਾਂ ਨੂੰ ਅਤੇ ਸਾਡੇ ਸੀ ਐੱਮ ਸਾਹਿਬ ਪੰਜਾਬ ਦੇ ਉਹਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਅੰਮ੍ਰਿਤਸਰ ਦਾ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਉਹ ਇਸ ਵੇਲੇ ਤਵਸਤ ਹੋ ਚੁੱਕਾ ਹੈ ਬਿਲਕੁਲ। ਉਹਦੇ ਵਿੱਚ ਬਹੁਤ ਜਲਦੀ ਅਤੇ ਇਮੀਡੀਏਟ ਐਕਸ਼ਨ ਕਰਨ ਦੀ ਜ਼ਰੂਰਤ ਹੈ ਜੀ। ਅਗਰ ਇਹਦੀ ਇੰਨੀ ਇਮੀਡੀਏਟਲੀ ਇਹਦਾ ਕੋਈ ਸੰਵਿਧਾਨ ਨਾ ਲੱਭਿਆ ਗਿਆ, ਪੁਲਿਸ ਜਿਹੜੀ ਕਿ ਟੋਟਲ ਲਾਅ ਐਂਡ ਆਰਡਰ ਸਿਚੁਏਸ਼ਨ 'ਤੇ ਅੰਮ੍ਰਿਤਸਰ ਦੀ ਪੁਲਿਸ ਫੇਲੀਅਰ ਹੈ, ਅਗਰ ਇਹਦਾ ਜਲਦੀ ਤੋਂ ਜਲਦੀ ਸਲਿਊਸ਼ਨ ਨਾ ਲੱਭਾ ਗਿਆ ਤਾਂ ਫਿਰ ਅੰਮ੍ਰਿਤਸਰ ਦੀ ਸਲਿਊਸ਼ਨ ਤੁਹਾਡੀ ਨਜ਼ਰ ਦੇ ਵਿੱਚ, ਕਿਉਂਕਿ ਸੋਸ਼ਲ ਮੀਡੀਆ 'ਤੇ ਕੰਪੇਨ ਚੱਲ ਰਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਅੰਮ੍ਰਿਤਸਰ ਦਾ ਕਮਿਸ਼ਨਰ ਲਗਾਇਆ ਜਾਵੇ, ਕਿ ਤੁਹਾਡਾ ਵੀ ਕੋਈ ਇੱਦਾਂ ਦੀ ਡਿਮਾਂਡ ਹੈਗੀ, ਤੁਸੀਂ ਵੀ ਚਾਹੁੰਦੇ ਹੋ? ਦੇਖੋ ਜੀ, ਕੁੰਵਰ ਵਿਜੇ ਪ੍ਰਤਾਪ ਜੀ ਇੱਕ ਜਾਣੇ ਮਨੇ ਅੰਮ੍ਰਿਤਸਰ ਦੇ ਨਹੀਂ ਪੰਜਾਬ ਦੇ ਪੁਲਿਸ ਅਫਸਰ ਨੇ, ਬਹੁਤ ਵਧੀਆ ਇਨਸਾਨ ਨੇ, ਓਨੈਸਟ ਬੰਦੇ ਨੇ। ਕੁੰਵਰ ਵਿਜੇ ਪ੍ਰਤਾਪ ਜੀ ਅੰਮ੍ਰਿਤਸਰ ਦੇ ਪੁਰਾਣੇ ਅਫਸਰ ਵੀ ਰਹਿ ਚੁੱਕੇ ਨੇ ਅਤੇ ਜਿਹੜੀ ਸੋਸ਼ਲ ਮੀਡੀਆ ਮੈਂ ਵੀ ਦੇਖ ਰਿਹਾ, ਜਿਵੇਂ ਤੁਸੀਂ ਦੇਖ ਰਹੇ ਹੋ, ਅੰਮ੍ਰਿਤਸਰ ਦੀ ਪਤਾ ਨਹੀਂ ਕਿੰਨੀਆਂ ਕੁ ਸੰਸਥਾਵਾਂ ਹੈ ਜਿਨ੍ਹਾਂ ਨੇ ਅਪੀਲ ਕੀਤੀ ਹੈ, ਮੇਰੀ ਆਪਣੀ ਸੰਸਥਾ ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ, ਅਸੀਂ ਵੀ ਅਪੀਲ ਕੀਤੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਜੀ ਵਰਗੇ ਬੰਦੇ ਨੂੰ ਅੰਮ੍ਰਿਤਸਰ ਦਾ ਪੁਲਿਸ ਹੈੱਡ ਲਗਾਉਣਾ ਚਾਹੀਦਾ, ਪਰ ਇਹਦੇ ਵਿੱਚ ਕੋਈ ਗਲਤ ਡਿਮਾਂਡ ਨਹੀਂ ਹੈਗੀ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਨੂੰ ਸਾਰੀਆਂ ਨਬਜ਼ ਪਤਾ, ਜਿਹੜੀਆਂ ਗੈਂਗਸਟਰ ਦੀ ਜਾਂ ਜਿਹੜੇ ਕ੍ਰਿਮੀਨਲ ਹੈ ਉਹਨਾਂ ਦੀਆਂ ਕਿੱਥੋਂ ਪਕੜਨੀ ਹੈ ਅਤੇ ਕਿਵੇਂ ਅੰਮ੍ਰਿਤਸਰ ਨੂੰ ਦੁਬਾਰਾ ਪਟੜੀ 'ਤੇ ਲਿਆਉਣਾ, ਅਤੇ ਇਸ ਤੋਂ ਵੱਧ ਕੋਈ ਵਧੀਆ ਗੱਲ ਨਹੀਂ ਹੋ ਸਕਦੀ ਜੇ ਸਰਕਾਰ ਉਹਨਾਂ ਨੂੰ ਇੱਥੋਂ ਦੀ ਜ਼ਿੰਮੇਵਾਰੀ ਪੁਲਿਸ ਦੀ। ਕੁੰਵਰ ਵਿਜੇ ਪ੍ਰਤਾਪ ਜੀ ਵਰਗੇ ਅਫਸਰ ਨੂੰ ਕਿਸੇ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਹੈ, ਨਾ ਉਹਨਾਂ ਨੂੰ ਕਿਸੇ ਪਾਰਟੀ ਨਾਲ ਸਰੋਕਾਰ ਹੈ। ਤੁਸੀਂ ਨੋਟਿਸ ਕੀਤਾ ਹੋਣਾ ਕਿ ਉਹਨਾਂ ਦਾ ਜਿਸ ਜਗ੍ਹਾ 'ਤੇ ਵੀ ਪੋਸਟਿੰਗ ਹੁੰਦੀ ਹੈ ਉਹ ਨਿਰਪੱਖ ਹੋ ਕੇ ਆਪਣਾ ਕੰਮ ਕਰਦੇ ਨੇ, ਅਤੇ ਅੰਮ੍ਰਿਤਸਰ ਵੀ ਨਿਰਪੱਖ ਹੋ ਕੇ ਕੰਮ ਕਰਨਗੇ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਪੁਲਿਸ ਜਿਹੜੀ ਹੈ ਉਹ ਸਾਡੀ ਸੇਵਾ ਵਾਸਤੇ ਹੈ, ਲੋਕਾਂ ਦੀ ਸੇਵਾ ਵਾਸਤੇ ਹੈ ਜੀ, ਸਾਡੀ ਪ੍ਰੋਟੈਕਸ਼ਨ ਉਹਨਾਂ ਦਾ ਸਭ ਤੋਂ ਪਹਿਲਾਂ ਫਰਜ਼ ਬਣਦਾ ਹੈ ਜੀ। ਮੈਂ ਸਮਝਦਾ ਵਾਂ ਅੱਜ ਦੇ ਜਿਹੜੇ ਮੁੱਖ ਅਫਸਰ ਨੇ ਉਹ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਵਿੱਚ ਬਿਲਕੁਲ ਫੇਲ ਹੋਏ ਨੇ। ਸੋ ਇਹਦਾ ਹੱਲ ਇਹੀ ਹੈ ਕਿ ਚੰਗਾ ਅਫਸਰ ਜਿਹੜਾ ਆਵੇ ਉਹ ਆਪਣੀ ਚੰਗੀ ਨੀਤੀਆਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰੇ ਅਤੇ ਜਿਹੜੇ ਸ਼ਹਿਰ ਦੇ ਹਾਲਾਤ ਆ ਉਹਨਾਂ ਨੂੰ ਸਹੀ ਕਰੇ ਜੀ। ਮੇਰੀ ਨਜ਼ਰ ਦੇ ਵਿੱਚ ਤਾਂ ਜਿਹੜੇ ਹੈਗੇ ਨੇ ਉਹ ਸ਼੍ਰੀ ਕੁੰਵਰ ਪ੍ਰਤਾਪ ਜੀ ਹੈਗੇ ਨੇ, ਉਹ ਮੇਰੀ ਨਿਗਾਹ ਦੇ ਵਿੱਚ ਨਹੀਂ 15 ਲੱਖ ਜਿਹੜੇ ਸਾਡੇ ਅੰਮ੍ਰਿਤਸਰ ਸ਼ਹਿਰ ਵਾਸੀ ਆ ਉਹਨਾਂ ਦੀ ਉਹ ਨਜ਼ਰਾਂ 'ਚ ਨੇ ਕਿ ਉਹ ਜੇ ਮੁੱਖ ਅਫਸਰ ਬਣ ਕੇ ਆਉਣ ਸਾਡੇ ਅੰਮ੍ਰਿਤਸਰ ਸ਼ਹਿਰ ਦਾ, ਅਤੇ ਸਾਡਾ ਜਿਹੜਾ ਅੰਮ੍ਰਿਤਸਰ ਸ਼ਹਿਰ ਆ ਉਹ ਸੇਫਟੀ ਦਾ ਘਰ ਬਣ ਕੇ ਰਹੇ ਵਧੀਆ, ਅਤੇ ਜਿਹੜਾ ਲਾਅ ਐਂਡ ਆਰਡਰ ਹੈ ਉਹ ਮੇਨਟੇਨ ਰਹੇ। ਅਤੇ ਕਾਂਗਰਸ ਸਰਕਾਰ ਨੂੰ ਮੈਂ ਵੀਰ ਕੈਪਟਨ ਸਾਹਿਬ ਨੂੰ ਮੈਂ ਇਹ ਬੇਨਤੀ ਕਰਦਾ ਵਾਂ ਤੁਹਾਡੇ ਚੈਨਲ ਰਾਹੀਂ ਕਿ ਕੈਪਟਨ ਸਾਹਿਬ 15 ਲੱਖ ਲੋਕਾਂ ਦੀ ਇਹ ਆਵਾਜ਼ ਸੁਣੀ ਜਾਵੇ, ਅਤੇ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਜਿਹੜਾ ਕਮਿਸ਼ਨਰ ਲਗਾ ਕੇ ਸਾਡੇ ਸ਼ਹਿਰ ਦਾ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ।
ਲੋਕਾਂ ਦੀ, ਜਨਤਾ ਦੀ, ਵਿਦਿਆਰਥੀਆਂ ਦੀ, ਨੌਜਵਾਨਾਂ ਦੀ, ਬੁੱਢਿਆਂ ਦੀ ਅਤੇ ਜਵਾਨਾਂ ਦੀ ਇੱਕੋ ਇੱਕ ਡਿਮਾਂਡ ਹੈ ਕਿ ਅੰਮ੍ਰਿਤਸਰ ਦੇ ਵਿੱਚ ਪੁਲਿਸ ਕਮਿਸ਼ਨਰ ਦੇ ਤੌਰ 'ਤੇ ਡਾਕਟਰ ਕੁੰਵਰ ਵਿਜੇ ਪ੍ਰਤਾਪ ਨੂੰ ਲਗਾਇਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨਾਲੋਂ ਕਾਬਿਲ ਆਫਿਸਰ ਅੰਮ੍ਰਿਤਸਰ ਦੀ ਜਿਹੜੀ ਹੈ ਉਹ ਨਬਜ਼ ਪਛਾਣਨ ਵਾਲਾ ਅਫਸਰ ਪੰਜਾਬ ਵਿੱਚ ਕੋਈ ਨਹੀਂ ਹੈ। ਫਿਲਹਾਲ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਸਰਕਾਰ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਬਣਾਉਂਦੀ ਹੈ ਜਾਂ ਨਹੀਂ। ਅੰਮ੍ਰਿਤਸਰ ਤੋਂ ਕੈਮਰਾਮੈਨ ਰਾਜਵਿੰਦਰ ਦੇ ਨਾਲ ਵਿਕਰਮ ਗਿੱਲ, ਖਬਰ ਹਰਪਲ ਇੰਡੀਆ।